डुग्गा वाला आ गया। ਮੈਨੂੰ ਲੱਗਦਾ ਵੀ ਘੱਟੋ ਘੱਟ 10-12 ਮਹੀਨਿਆਂ ਬਾਅਦ ਟੇਪ ਲਾਈ ਆ ਮੈਂ ਪਰ ਹਾਂ ਲਗਾਤਾਰ 10-12 ਸਾਲਾਂ ਤੋਂ ਹੀ ਲਾਉਂਦੇ ਆ। ਕਿੱਥੇ ਆ ਗਿਆ ਗੁਰਪ੍ਰੀਤ? ਪਹੁੰਚਣ ਵਾਲੀ ਆ ਬਾਈ। ਕਿੱਥੇ ਆ ਬੰਦਾ? ਪਹੁੰਚਣ ਵਾਲੀ ਆ। ਬੋਲਟ ਖੜਾ ਤੇਰੇ ਕੋਲ ਆਈਪੀ ਹੈ ਨਾ ਨਾ ਜੋ ਨਹੀਂ ਬਰੇ ਉਹ ਅੱਜ ਭੋਗ ਤੇ ਗਿਆ। ਚਲੋ ਆ ਪਿੱਛੇ ਰੱਖਦਾ ਦਲੀਆ ਸਮੀ ਜਾਣ ਮੈਂ ਸਿਮ ਪਾਲਾ ਫੋਨ 'ਚ। ਮੈਂ ਤੁਹਾਡਾ ਆਪਣਾ ਖੁਸ਼ੀ ਅਤੇ ਆਪਾਂ ਪਹੁੰਚ ਗਏ ਇੰਡੀਆ ਅਤੇ ਅੱਜ ਚੱਲਿਆ ਜੰਡਿਆਲੇ ਮੱਜਗੀ ਦੇ ਟੂਰਨਾਮੈਂਟ 'ਤੇ ਅਤੇ ਨਾਲ ਭਰਾ ਆਪਣਾ ਗੁਰਪ੍ਰੀਤ ਹੈਪੀ ਰਾਜਵੀਰ ਕਹਿ ਦਿੰਦੇ ਆ ਅਤੇ ਇਹਨੂੰ ਤੁਸੀਂ ਸਾਰੇ ਜਾਣਦੇ ਹੋ। ਜਾਣ ਪਹਿਚਾਣ ਦਾ ਮੁਹਤਾਜ ਨਹੀਂ ਕਹਿੰਦੇ ਦਾਸ ਅਤੇ ਆ ਜਾਓ ਮਿਲਦੇ ਹਾਂ ਜੰਡਿਆਲੇ ਮੱਜਗੀ ਹੈ ਨਾ ਅਤੇ ਬਹੁਤ ਵਧੀਆ ਟੂਰਨਾਮੈਂਟ ਹੋਣਾ। ਬੈਟਰੇਟਰ ਜਾਪੀ ਨੂੰ ਅੱਜ ਗੱਡੀਆਂ ਨੇ। ਚਲੋ ਸਾਰੇ ਹਰ ਇੱਕ ਜਿੱਤਣ ਆਉਂਦਾ ਅਤੇ ਪਰਮਾਤਮਾ ਮਿਹਰ ਰੱਖੇ ਸਾਰੇ ਪਲੇਅਰ ਸੱਟਾਂ ਫਿੱਟਾਂ ਤੋਂ ਬਚ ਕੇ ਰਹਿਣ ਅਤੇ ਵਧੀਆ ਖੇਡਣ। ਆ ਜਾਓ ਮਿਲਦੇ ਹਾਂ ਜੰਡਿਆਲੇ ਮੱਜ ਗਈ ਮੇਲੇ 'ਤੇ। ਪਹਿਲਾ ਮੈਚ ਖੇਡਣ ਲੱਗੇ ਤੇ ਤੜਕੀ ਫਲੈਟ ਉਤਰਿਆ 6 ਵਜੇ ਹੈ ਨਾ ਏਅਰਪੋਰਟ ਤੋਂ ਨਿਕਲੇ ਦਿੱਲੀ ਤੋਂ
10 ਵਜੇ ਘਰੇ ਪਹੁੰਚੇ ਖਾ ਪੀ ਕੇ ਹੁਣ ਇੱਧਰ ਨੂੰ ਆਏ ਆ ਅੱਜ ਵਜੇ ਹੈਲੋ ਹੈਲੋ ਹਾਂ ਦੀਪ ਅਸੀਂ ਆ ਮੋਗਾ ਲਾਂਗੇ ਬਾਈ ਕਿਉਂ ਅੱਛਾ ਤੁਸੀਂ ਪਹੁੰਚ ਗਏ ਓਕੇ ਤਾਂ ਟੂਰਨਾਮੈਂਟ ਲੰਘ ਕੇ ਖੜੇ ਯਾਰ ਫਿਰ ਹਾਂਜੀ ਆਪਾਂ ਪਹੁੰਚ ਗਏ ਮੈਚ ਦੇ ਲਾਗੇ ਅਤੇ ਇੱਥੇ ਰੁਕਿਆ ਥੋੜ੍ਹਾ ਜਿਹਾ ਅਤੇ ਹੁਣ ਟੇਪਾਂ ਵਗੈਰਾ ਲਾ ਲਈਏ ਕਿਉਂਕਿ ਉੱਥੇ ਫਿਰ ਚਾਹੁਣ ਵਾਲੇ ਮਿਲਣਗੇ ਟਾਈਮ ਹੋ ਗਿਆ ਹੈ ਨਾ ਖੇਡੇ ਨਹੀਂ ਤਾਂ ਕਰਕੇ ਉਹਨਾਂ ਨੂੰ ਵੀ ਟਾਈਮ ਦੇਣਾ ਪੈਣਾ ਅਤੇ ਤਿਆਰ ਹੋ ਕੇ ਇੱਥੇ ਹੀ ਹੁਣ ਤੁਰਾਂਗੇ ਆਪਾਂ ਅਤੇ ਆ ਜਾਓ ਅੱਜ ਮੈਨੂੰ ਲੱਗਦਾ ਵੀ ਘੱਟੋ ਘੱਟ 10-12 ਮਹੀਨਿਆਂ ਬਾਅਦ ਟੇਪ ਲਾਈ ਆ ਮੈਂ ਪਰ ਹਾਂ ਲਗਾਤਾਰ 10-12 ਸਾਲਾਂ ਤੋਂ ਲਾਉਂਦੇ ਆ ਰਹੇ ਹਾਂ ਕਈ ਵਾਰ ਤਾਂ ਲਗਾਤਾਰ ਜਦੋਂ ਲਾਉਂਦੇ ਹਾਂ ਉਦੋਂ ਖੂਨ ਨਿਕਲਦਾ ਜਦੋਂ 5-7 ਦਿਨ ਲਗਾਤਾਰ ਲੱਗ ਜੇ ਫਿਰ ਤਾਂ ਨਾਲ ਮਾਸ ਕਿੰਨੇ ਹੀ ਪੱਟ ਲੈਂਦੇ ਆ ਚਲੋ ਮਜਬੂਰੀਆਂ ਸੀ ਜਾਣਾ ਪੈਣਾ ਸੀ ਜਾ ਕੇ ਆਏ ਹਾਂ ਤੇ ਵਧੀਆ ਮੇਲਾ ਖੇਡਾਂਗੇ ਅੱਜ ਜੰਡਿਆਲੇ ਪਹੁੰਚ ਗਏ ਦੇਖੋ ਜੰਡਿਆਲਾ ਵੀ ਸ਼ਹਿਰ ਹੀ ਬਣ ਗਿਆ ਹੁਣ ਤਾਂ ਪੂਰਾ ਬਾਈ ਬਾਅਦ ਚ ਹੈ ਬਾਅਦ ਚ ਹੈ ਬਾਅਦ ਚ ਬਸ ਕਰੋ ਬਲੌਗਾਂ ਦੇ ਜੋਰ ਦੇ ਰੱਖਿਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਭਾਜੀ ਕੱਢ ਲੈ ਜੂ ਮਾਰਕੀਟ ਫਿਰ ਰੈਡੀ ਹਰੇ ਖਰੇ ਲੀਡਰ ਹਰਦੇ ਆਉਂਦੇ ਐਕਸ਼ਨ ਬੱਕਰੇ ਦੇ ਬਣਾਉਂਦਾ
ਬੋਟਾ ਮਰਿਆ ਕੈਨੇਡਾ ਚ ਵੀ ਨੀ ਟਿਕਣ ਦਿੱਤੇ ਸਰਦਾਰ ਮੇਜਰ ਸਿੰਘ ਜੀ ਗੁਰਦੇਵ ਸਿੰਘ ਜੀ ਮੱਖਣ ਪਦੇ ਨਾਲ ਪਿਆਰ ਦੀ ਗੱਲ ਹੈ ਕਾਲਾ ਜੀ ਸੱਤਾ ਜੀ ਕੋਲ ਕਿਸ਼ਨ ਲਾਲ ਜੀ ਔਲਖਾ ਵਾਲਾ ਬਾਹੂ ਮੇਰੇ ਵੀਰੋ ਬਾਹੂ ਆ ਲੱਖਾਂ ਮਰਤਾ ਲੱਖਣਾ ਕਜਨ ਬ੍ਰਦਰ ਮੇਰੀ ਚੱਕੀ ਮੁਬਾਰਕ ਹੈ ਨਾਲ ਚਾਹ ਖੁਸ਼ੀ ਦੁਗਾ ਆ ਗਿਆ ਹਾਂਜੀ ਆਹੀ ਪਿਆਰ ਆਹੀ ਸਤਿਕਾਰ ਦੱਬੀ ਮੰਡਾ ਦੇ ਨਾਲ ਬਹੁਤ ਰਣੀਆਂ ਮੈਂ ਸੋਚਿਆ ਨਹੀਂ ਸੀ ਵੀ ਇੰਨਾ ਕਬੱਡੀ ਦੇ ਵਿੱਚ ਇੰਨਾ ਜ਼ਿਆਦਾ ਪਿਆਰ ਮਿਲੂਗਾ ਬਹੁਤ ਜ਼ਿਆਦਾ ਪਿਆਰ ਮਿਲੂਗਾ ਅੱਜ ਮੈਨੂੰ ਲੱਗਦਾ ਮੈਂ ਤਕਰੀਬਨ 10-12 ਹਜ਼ਾਰ ਦੇ ਲਾ ਕੇ ਮੁਹਾਲੀ ਉਦੋਂ ਬਾਅਦ ਤਕਰੀਬਨ ਸਾਲ ਹੀ ਹੋ ਚੁੱਕਿਆ ਵੀ ਅੱਜ ਦੁਬਾਰੇ ਜਦੋਂ ਜਿੱਦਾਂ ਕਿ ਚਾਹੀਦਾ ਗਰਾਊਂਡ ਦੇ ਵਿੱਚ ਪਰ ਜਦੋਂ ਦਰਸ਼ਕਾਂ ਦਾ ਜਾਂ ਪਿਆਰ ਕਰਨ ਵਾਲਿਆਂ ਦਾ ਉਦੋਂ ਮੈਨੂੰ ਉਦੋਂ ਵੱਖਰਾ ਹੀ ਕੋਈ ਬੂਸਟ ਮਿਲਦਾ ਅੰਦਰੋਂ ਮੈਨੂੰ ਆਪਦੇ ਆਪ ਨੂੰ ਨਹੀਂ ਪਤਾ ਲੱਗਦਾ ਬਈ ਮੈਂ ਗਰਾਊਂਡ ਦੇ ਵਿੱਚ ਕੀ ਕਰ ਰਿਹਾ ਅਤੇ ਮੈਨੂੰ ਬਹੁਤ ਵਧੀਆ ਲੱਗਦਾ ਇੰਨਾ ਪਿਆਰ ਦਿੰਦੇ ਆ ਮੇਰੇ ਭਰਾ ਦੇ ਕੋਲ ਸਾਰੇ ਨਾ ਵੀ ਕਿਉਂਕਿ ਇਹਨਾਂ ਦੇ ਵਿੱਚ ਹੀ ਰੱਬ ਆ ਬਿਲਕੁਲ ਕਿਸੇ ਨੇ ਅਸਲੀ ਰੱਬ ਦਾ ਦੇਖਿਆ ਨਹੀਂ ਪਰ ਆਹ ਪਿਆਰ ਕਰਨਾ ਇਹ ਰੱਬ ਆ ਮੈਨੂੰ ਲੱਗਦਾ ਸ਼ਾਇਦ ਇਹੀ ਇਹੀ ਖੁਰਾਕ ਆ ਇਹੀ ਪਿਆਰ ਆ ਲੋਕਾਂ ਦਾ ਜਿਹੜਾ ਇਹੀ ਸ਼ਾਇਦ ਸਾਡੇ ਲਈ ਦੁੱਧ ਆ ਅਤੇ ਇਹੀ ਸ਼ਾਇਦ ਸਾਡੇ ਲਈ ਮਲਾਈ ਆ ਹਾਂਜੀ ਮੈਂ ਪਿਛਲੇ ਬਾਕੀ ਥੈਂਕ ਯੂ ਸੋ ਮਚ ਬਾਈ ਤੁਹਾਡੇ ਨਾਲ ਗੱਲ ਕਰਨ ਦਾ ਬੜਾ ਮਜ਼ਾ ਆਇਆ ਬਲਕਿ ਸਾਨੂੰ ਕਿਤੇ ਥੋੜ੍ਹਾ ਟਾਈਮ ਮਿਲ ਜਾਵੇ ਪਰ ਥੋੜ੍ਹੇ ਦਾ ਮਿਲ ਜੂ ਜਾਵੇ ਆਹ ਬੰਦੇ ਖੜੇ ਨੇ ਸਾਰੇ ਇਹਨਾਂ ਨਾਲ ਫੋਟੋਆਂ ਕਰਾ ਕੇ ਜਾਣੀਆਂ ਮੇਰੇ ਜੁੜੇ ਨੇ ਮੈਂ ਕਰਾਈਆਂ ਪਹਿਲਾਂ ਮੈਂ ਫੋਟੋ ਹੀ ਕਰਾ ਰਿਹਾ ਅੱਜ ਸਾਰਿਆਂ ਨਾਲ ਭਰਾਵਾਂ ਨਾਲ ਕਰਨੀ ਮੈਂ ਤਾਂ ਮੈਚ ਵੀ ਕਰਾਉਂਦਾ ਹਾਂ ਤੇ ਮੈਂ ਇਹਨਾਂ ਫੋਟੋਆਂ ਪਰ ਫੇਰ ਵੀ ਖੁਸ਼ੀ ਜਿੱਦਾਂ ਖੜਾ ਕਿਉਂਕਿ ਹਰਿਆਣੇ ਦੇ ਹੈਗੇ ਆ ਰਾਜਸਥਾਨ ਤੋਂ ਆਇਆ ਮੁੰਡੇ ਗੰਗਾ ਨਗਰ ਤੋਂ ਸਾਰੇ ਵਧੀਆ ਫੋਟੋ ਵੇਖ ਕੇ
ਝੰਡਿਆਲੇ ਮੰਝ ਗਈ ਜਿੱਦਾਂ ਕਿ ਆਪਾਂ ਇੱਕ ਸਾਲ ਬਾਅਦ ਮੈਚ ਖੇਡੇ ਪਰ ਮੈਚ ਬਹੁਤ ਵਧੀਆ ਲੱਗਿਆ ਅਤੇ ਵਧੀਆ ਮੈਚ ਹੋਇਆ ਅਤੇ ਵਧੀਆ ਟੂਰਨਾਮੈਂਟ ਹੋਇਆ ਅਤੇ ਟੂਰਨਾਮੈਂਟ ਦੀ ਸਾਰੀ ਟੀਮ ਨੂੰ ਵਧਾਈਆਂ ਅਤੇ ਵਧੀਆ ਖੇਡਿਆ ਗਿਆ ਠੀਕ ਰਿਹਾ ਥੋੜ੍ਹਾ ਸਰੀਰ ਥੱਕਿਆ ਨਾ ਅਤੇ ਹੁਣ ਮਿਹਨਤ ਯਾਰੀ ਅਤੇ ਉਹਦਾ ਗਾਣਾ ਅੱਗੇ ਖੇਡਾਂਗੇ ਆਪਾਂ ਬਠਿੰਡਾ ਕਲਾਂ ਕਬੱਡੀ ਕੱਪ 26 ਫਰਵਰੀ ਆਪਣੇ ਜਨਮ ਦਿਨ ਵਾਲੇ ਦਿਨ ਅਤੇ ਉਦੋਂ ਬਾਅਦ ਖੇਡਾਂਗੇ ਬਵੇਲੀ ਕੱਪ 2 ਮਾਰਚ ਨੂੰ ਆ ਜਾਓ ਫਿਰ ਅੱਗੇ ਅੱਗੇ ਤੁਹਾਨੂੰ ਦੱਸਦੇ ਰਹਾਂਗੇ ਅਤੇ ਦਿਖਾਉਂਦੇ ਰਹਾਂਗੇ ਆਪਦੇ ਕੱਪ ਅਤੇ ਆਪਦੇ ਟੂਰਨਾਮੈਂਟ ਅਤੇ ਆਪਦੇ ਮੈਚ ਆ ਜਾਓ ਮਿਲਦੇ ਹਾਂ 26 ਫਰਵਰੀ ਬਠਿੰਡਾ ਕਲਾਂ ਕਬੱਡੀ ਕੱਪ 'ਤੇ।